ਚੱਲਿਆ ਦਰਸ਼ਨਾਂ ਦੇ ਜੀ ਸਚਨ ਅਤੇ ਬਹੁਤ ਜ਼ਿਆਦਾ ਰਸ਼ ਹੈ ਇਹ ਸਾਡੇ ਸੰਗੀਤ ਵੀਡੀਓ ਬਣਾਉਣੀ ਆ ਜਾਓ ਗਾਈ ਤੁਸੀਂ ਦੇਖ ਸਕਦੇ ਹੋ ਗਾਵਾਂ ਵਿਚਾਰੀਆਂ ਕਾਹੇ ਖਾ ਰਹੀਆਂ ਨੇ ਅਤੇ ਕੂੜਾ ਬਹੁਤ ਜ਼ਿਆਦਾ ਸਿੱਟਿਆ ਨੇ ਜੋ ਵੀ ਟੂਰਿਸਟ ਆਉਂਦੇ ਆ ਸਾਰਿਆਂ ਨੂੰ ਰਿਕੁਐਸਟ ਹੈ ਕਿ ਕੂੜਾ ਜੋ ਵੀ ਹੈ ਉਹਨੂੰ ਡਸਟਬਿਨ ਦੇ ਵਿੱਚ ਪਾਓ ਕਿਉਂਕਿ ਇਹਦੇ ਨਾਲ ਗੰਦਗੀ ਬਹੁਤ ਜ਼ਿਆਦਾ ਫੈਲਦੀ ਹੈ ਆਹ ਦੇਖ ਸਕਦੇ ਹੋ ਤੁਸੀਂ ਗਾਈ ਮੂਰਤੀਆਂ ਦੇਖ ਰਹੇ ਨੇ ਕਈ ਜੀ ਮੂਰਤੀਆਂ ਦੇਖ ਰਹੇ ਨੇ ਅਤੇ ਗਾਈ ਤੁਸੀਂ ਆਹ ਦੇਖ ਲਓ ਬਹੁਤ ਸਾਰੀਆਂ ਸ਼ੋਪ ਹੈਗੀਆਂ ਅਤੇ ਮੂਰਤੀਆਂ ਵਗੈਰਾ ਲੈ ਸਕਦੇ ਹੋ ਗਾਈ ਬਹੁਤ ਜ਼ਿਆਦਾ ਰਸ਼ ਹੈ ਅਤੇ ਗਾਈ ਸਾਰਾ ਸਮਾਨ ਲੱਗਿਆ ਗਾਈ ਅੰਕੇਸ਼ ਜੀ ਭਗਵਾਨ ਦੀ ਮੂਰਤੀ ਲੈ ਰਹੇ ਨੇ ਲੈ ਲਓ ਗਾਈ ਦਰਸ਼ਨ ਆਪਾਂ ਕਰਕੇ ਬਾਹਰ ਆ ਚੁੱਕੇ ਹਾਂ ਸਾਡੇ ਸਚਿਨ ਜੀ ਅਤੇ ਤੁਸੀਂ ਗਾਈ ਦੇਖ ਸਕਦੇ ਹੋ ਕਾਫੀ ਜ਼ਿਆਦਾ ਰਸ਼ ਹੈ ਰਸ਼ ਬਹੁਤ ਜ਼ਿਆਦਾ ਗਾਈ ਸਾਹਮਣੇ ਦਰਬਾਰ ਦਾ ਗੇਟ ਹੈ ਅੱਗੇ ਦਰਬਾਰ ਹੈ ਅਤੇ ਆਪਾਂ ਬਾਲਾ ਜੀ ਦੇ ਦਰਸ਼ਨ ਕਰਕੇ ਆ ਚੁੱਕੇ ਹਾਂ ਅਤੇ ਬਹੁਤ ਜ਼ਿਆਦਾ ਜਾਮ ਹੈ ਇੱਥੇ ਛੋਲੇ ਭਟੂਰੇ ਆ ਚੁੱਕੇ ਨੇ ਇਹ ਛੋਲੇ ਭਟੂਰੇ ਖਾਂਦੇ ਨੇ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਇਹਨਾਂ ਦੇ ਕੰਮ ਦੇਖੋ ਆਹ ਦੇਖੋ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਕੰਮ ਦੇਖੋ ਇਹਨਾਂ ਦੇ ਇਹਨਾਂ ਨੂੰ ਮੈਂ ਕਿਹਾ ਤੁਸੀਂ ਪਰੌਂਠੇ ਖਾ ਲਓ ਇਹ ਕਹਿੰਦੇ ਮੈਦੇ ਵਾਲੇ ਪਰੌਂਠੇ ਆਪਣਾ ਭਟੂਰੇ ਹੀ ਖਾਣੇ ਆ ਇਹਨਾਂ ਨੂੰ ਖੁਰਾਕ ਖਾਣੀ ਨਹੀਂ ਆਉਂਦੀ ਸਰੀਰ ਇਹਨਾਂ ਦੇ ਕੀ ਬਣ ਲੈਣੇ ਫਿਰ ਆਹ ਦੇਖ ਲਓ